ਸਾਡਾ ਯਾਰਾਂ ਦਾ ਯਾਰ ਗਰੀਸ ਵਾਲਾ ਮੇਰੀ ਵੀਡੀਓ ਲਓ ਜੀ ਰਸੂਲ ਪਰ ਵਾਲੇ ਮੁੰਡੇ ਓਪੀ ਹੁਣਾਂ ਦਾ ਧੰਨਵਾਦ ਹੈ ਮੇਰੀ ਵੀਡੀਓ ਭਈ ਬਲੇ ਰੂਪਰ ਆਏ ਹਾਂ ਤਾਂ ਹੀ ਬਣਾ ਤਾਂ ਚੜ੍ਹ ਕੇ ਬਾਲ ਮੁੰਡੇ रसूलप्रिया की बनता बहुत ज्यादा गर्मी इनी गर्मी टूरनामेंट कद रखा पागल हो गए की होया कहना इन धुप च थोड़ा दिमाग खराब आ मेरी गल पहला गल सुन बाबा कहना थोड़ा दिमाग खराब मैं बाबा कोई चक्कर नहीं भी प्लेयर का बहुत जोर लगे बाहर चल गए इधर बघेले वाला सुखा गर्मी पानी पैंदी भरावा की करिए होर बे विक्की भाई कैम ओ विक्की बघेले वाला फिट होया फिरदा तैयारी च है अंबाले बॉल करू बघेले सुखा खेडू लो साडे दरमियान इधरले पासे देख सकदे हो जीवनपुरी बोंको इधरले पासे दर्शन भरा सा मत्ते दी गड्डी ते देखो कि मैं बैठे चढ़ चढ़ के मत्ते आ देखो लाने थले आ यार ऐ ना करे यार गाल ते टूफू कर दी ओए गाल ते म्यूट कर दे रूल बनी आ के हाके खटिया चुबे वाले ने भरावा देते पर सामने हवा ते ले ले पै गई यार कदे नबी करे छत मते चोन लागी फिर अजा चल आया हूं ला दे कोई ना तेरे कहन दे नहीं आउंदा कहंदा लै थले मार हाथ थले मार हाथ हाथ थले मारी हो जाना वो यार चक दे खोल यार मैं मत कह माड़ा शंभू देख ला लैठा चल शंभू ना माफ आ भैन तू भी शर्म कर ला तू भी शर्म कर ला भी शर्म करो यार ऐ ना करो यार फिर किया
ਸ਼ਿਟ ਯਾਰ 25000 ਦਾ ਆ ਗਿਆ ਅੱਜ 25000 ਦਾ ਗੱਡੀ ਤੇ ਲਾਉਣਾ 25000 ਆ ਡੈਂਟ ਬਾਦਾ ਵੀਰੇ ਲਾਰੇ ਨੇ ਉੱਪਰ ਦੇ ਲੋ ਹੁਣ ਕਹੂ ਮਾੜਾ ਜਿਹਾ ਸਪਾਂਸਰਾਂ ਨੂੰ ਆ ਕਰੋ ਕਿਰਪਾ ਕੋਈ ਨਾ ਕਰਦਾ ਕੋਈ ਆ ਵੇਖ ਲੈ ਲਓ ਸਾਹਮਣੇ ਸ਼ਿਪੂਰੀ ਵਾਲਾ ਫੇਰ ਬਾਲਪੁਰ ਲਈ ਤਿਆਰ ਹੈ ਲੈ ਆਰੇ ਪਾਣੀ ਨਾਲੇ ਪਾਣੀ ਦੇ ਜਿਆ ਕਰ ਇੱਕ ਵਾਜ ਤੇ ਆ ਭੱਜਣ ਵੀ ਨਹੀਂ ਦੇਣਾ ਸੀ ਦੱਸਤੀ ਗੱਲ ਮੂੰਹ ਜਿਹਾ ਬਣਾਇਆ ਜੀ ਜੀਵਨ ਭਗਤਾ ਚੰਗਾ ਆਪਣਾ ਫੇਸ਼ੀਅਲ ਫੂਸ਼ੀਅਲ ਕਰਾ ਦੇ ਸਹੀ ਹੋ ਗਿਆ ਫੇਰ ਹੋ ਗਿਆ ਜੀ ਫੇਰ ਕੇ ਬਾਲ ਪੁੱਟੀ ਸ਼ੰਭੂ ਚੰਗਾ ਆਪਣਾ ਫੇਸ਼ੀਅਲ ਕਰੋ ਆ ਗੋਰਾ ਹੁਣ ਫੇਰ ਆ ਫੇਰ ਹੋ ਗਿਆ ਹੋ ਜੀ ਇਹਦੇ ਰਾਜਾ ਹੁਣ ਜੇ ਕੇ ਬਾਲ ਪੁੱਟੀ ਕਰਾਉਣੀ ਆ ਦੁਬਾਰੇ ਬੋਲ ਉਠੇਗੀ ਕਿੱਦਾਂ ਸਮਾਰਟ ਹੋ ਗਿਆ ਜੀ ਉਤਾਂ ਭੈਣ ਦੇ ਲਾ ਮਾਰ ਵੀ ਫਿਰ ਸਭ ਪੁੱਛ ਜੱਟੀ ਹੈ ਮੁੰਡਾ ਦਾ ਨਾਲੇ ਨਾ ਤੈਨੂੰ 5 ਵਾਜਾਂ ਮਾਰੀਆਂ ਪਾਣੀ ਪੀਣ ਲੱਗੇ ਫੋਨ ਲਾ ਦੇ ਫਿਰ ਹੋਰ ਕਿਉਂ ਲਾ ਦੇ ਗਾਹਾਂ ਤੋਂ 1 ਵਾਜ ਤੇ ਜੇ ਨਾ ਸੁਣਿਆ ਆਪਣਾ ਹਿਸਾਬ ਲਾ ਲਈ ਆ ਜਿਹੜੀ ਆ ਗਾਹ ਨਹੀਂ ਟੱਪਣ ਦੇਣਾ ਸੀ ਨਾਲ ਦਾ ਪਿੰਡ ਰਸ਼ੀਨ ਤੈਨੂੰ ਦੱਸਤੀ ਗੱਲ ਮੈਂ ਲਾਈ ਵਾਲੇ ਮਾੜੇ ਕੈਟ ਵਗ ਦਿਖਾ ਦੇ ਕਰਕੇ ਦਿਖਾ ਦੇ ਕਿਹੜਾ ਸਾਈ ਜਾਂਦਾ ਓਏ ਕਿਹੜਾ ਸਾਈ ਜਾਂਦਾ ਤੇਰੇ 5 ਐਕਸਲ ਦੀ ਆ ਗਿਆ ਅਗਲੇ ਰੂਪੇ ਵਾਲੀ ਵਾਲੇ 18 ਬੱਲਾ ਛੱਕੇ ਪੰਨ ਪਰਮ ਤੋਂ ਹੀ ਆ ਗਿਆ ਜੀ ਹੋਰ ਫਿਰ ਪੱਕਤੇ ਵਾਲਿਆ ਖੇਡ ਲਾ ਤੂੰ ਹੀ ਬਾਹਰੋਂ ਸ਼ੰਭੂ ਬਣਾ ਦਿੰਦੇ ਆ ਫਿਰ ਮੰਦਰ ਆ ਜਾ ਲਓ ਜੀ ਇੱਧਰਲੇ ਪਾਸੇ ਇੱਧਰਲੇ ਪਾਸੇ ਪਵੀ ਸਾਡਾ ਵੀਰ ਗੱਜਣ ਮਾਜਰੇ ਵਾਲਾ ਦੋ ਬਾਲਾ 6 ਰਹਿ ਗਏ ਕੀ ਕਹਿਣਾ ਚਾਹੋਗੇ ਦੇਖੋ ਕੁਝ ਵੀ ਹੋ ਸਕਦਾ ਹੁਣ ਦੋ ਜਿਹਦਾ ਚਾਹੀਦਾ ਤੁਨੇ ਕੀ ਕਹਿਣਾ ਚਾਹੇਗਾ ਮੈਚ ਬਹੁਤ ਫਸ ਗਿਆ ਯਾਰ ਵੀਰੇ ਮੈਨਾਂ ਜਿਸਾ ਨਾ ਬੈਟ ਘਮਾ ਰਿਹਾ ਜੇ ਲੱਗ ਗਈ ਉਹਦੇ ਛੱਕਾ ਵੱਜ ਗਿਆ ਬੈਟ ਬਾੜੀ ਤੇਜ਼ ਘਮਾਈ ਲੱਗੀ ਆ ਫਿਰ ਆ ਦੇਖਦੇ ਆ ਇੱਕ ਬਾਲ ਵਾਈਡ ਬਾਲ ਆ ਗਈ ਕੀ ਲੱਗਦਾ ਕੌਣ ਜਿੱਤੂ ਕੁਝ ਨਹੀਂ ਪਤਾ ਐਜ ਉਜ ਨਾ ਲੱਗ ਜੇ ਮੈਨੂੰ ਤਾਂ ਇਹੀ ਲੱਗ ਰਿਹਾ ਵੀ ਐਜ ਲੱਗੂ ਠੀਕ ਆ ਤੇ ਤਿਆਰੀਆਂ ਵੀਰੇ ਚਪੜੋਦੇ ਦੇ ਕੱਪ ਦੀਆਂ ਪੂਰੀ ਪੂਰੀ ਵੀਰੇ ਤੁਸੀਂ ਤਿਆਰੀਆਂ ਪਹੁੰਚੇ ਹੋ ਬਾ ਠੀਕ 30 ਤੋਂ 4 30 ਤੋਂ 4 ਠੀਕ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਰੂਪਲ ਮੰਡੇਰ ਸਾਡਾ ਭਰਾ ਹੋਰ ਵੀਰੇ ਠੀਕ ਹੋ ਬਹੁਤ ਵਧੀਆ ਤਿਆਰੀਆਂ ਚਪੜੋਦੇ ਕੱਪ ਦੀਆਂ ਤੇ ਕੌਣ ਜਿੱਤੂ ਕੀ ਲੱਗਦਾ ਦੋ ਬਾਲਾ 6 ਰਹਿ ਗਏ 5 ਰਹਿ ਗਏ ਫਸ ਗਿਆ ਕੰਮ ਜ਼ਿਆਦਾ ਜ਼ਿਆਦਾ ਲਿਆ ਕੰਮ ਲੋ ਸਕੋਰਿੰਗ ਮੈਚ ਸੀਗਾ 35 ਰਨ 24 ਤੁਹਾਡੇ ਵਾਲੇ ਮੈਚ ਦਾ ਕੀ ਲੱਗਦਾ ਜਿੱਤੋਗੇ ਲਾਵਾਂਗੇ ਜ਼ੋਰ ਜ਼ੋਰ ਲਾਵਾਂਗੇ ਜਿੱਤਣਾ ਹਾਰਨਾ ਦਾ ਆਪਦੇ ਹੱਥ ਹੈ ਨਹੀਂ ਜ਼ੋਰ ਲਾਉਣਾ ਹੈਗਾ ਲਾ ਲਾਂਗੇ ਬਿਲਕੁਲ ਇਹ ਆ ਜੀ ਸਾਡਾ ਰੂਪਲ ਭਰਾ ਮੰਡੇਰ ਤੇ ਇੱਧਰ ਗੱਜਣ ਮਾਜਰੀ ਦੀ ਸਾਰੀ ਟੀਮ ਆ ਤੁਸੀਂ ਦੇਖ ਸਕਦੇ ਹੋ ਹਾਂ ਵੀ ਕੈਚ ਕੋਈ ਛੱਡ ਦੇ ਕਿੱਦਾਂ ਮੈਂ ਤਾਂ ਛੱਡਦੇ ਹੀ ਰਹਿਣਾ ਉਹਦਾ ਪੱਕੇ ਹੀ ਛੱਡਦੇ ਆ ਸਲਿੱਪ ਚ ਖੜ ਗਿਆ ਪਿੱਛੇ ਸਾਰੇ ਚੌਕੇ ਮੈਂ ਕੈਚ ਤੇ ਯਕੀਨ ਨਹੀਂ ਰੱਖਦਾ 4 ਰਨ ਬਚਾਉਣ ਤੇ ਯਕੀਨ ਰੱਖਦਾ ਚੌਕਾ ਹੋਰ ਬੱਲੇ ਕਾਇਮ ਆ ਵਧੀਆ ਹੀ ਬਾਈ ਇੱਕ ਬਾਲ 3 ਰਹਿ ਗਏ ਮਾਰ ਦਿਓ ਤਾੜੀਆਂ ਫਿਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਆ ਦੁਨੀਆ ਕਰਦੀ ਆ ਲੈ ਵੀ ਕੌਣ ਜਿੱਤੂ ਹੁਣ ਦੱਸੋ ਵੀਰੇ ਕੌਣ ਜਿੱਤੂ ਸੁਪਰ ਓਵਰ 1 ਬਾਲ 3 ਰਹਿ ਗਏ ਨਾ ਉਧਰ ਬੋਂਗੋ ਵੀ ਆ ਗਿਆ ਜੀਵਨਪੁਰ ਵਾਲਾ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਜੀ ਦੇਖੋ ਸੂਲਪੁਰ ਦੇ ਕੱਪ ਦੇ ਉੱਪਰ ਅੱਲਾ ਬਾਤਾਂ ਪੂਰੀਆਂ ਟਿਕਾਣੇ ਲੱਗੀਆਂ ਹੋਈਆਂ ਸਿਰੇ ਸਿਰੇ ਦੇ ਪਲੇਅਰ ਆਏ ਹੋਏ ਆ ਅਗਲਾ ਮੈਚ ਧਮੋੜ ਤੇ ਗੱਜਣ ਮਾਜਰੇ ਦਾ ਖੇਡਿਆ ਜਾਊ ਸੁਪਰ ਓਵਰ ਲੱਗ ਗਿਆ ਜੀ
ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਸੀਗਾ ਆਪਣੇ ਇੱਧਰ ਰੱਖੜੀ ਟੀਮ 35 ਸਕੋਰ ਬਣਾਉਣੇ ਸੀਗੇ ਬਹੁਤ ਮੈਚ ਫਸ ਗਿਆ ਦੇਖੋ ਜੀ ਸੁਪਰ ਓਵਰ ਲੱਗ ਗਿਆ ਜੀ ਜੀਵਰ ਕਿਵੇਂ ਲੱਗਿਆ ਮੈਚ ਸਵਾਦ ਆ ਗਿਆ ਬਾਈ ਪੂਰਾ ਨਜ਼ਾਰਾ ਆ ਗਿਆ ਚੱਲ ਮਾੜਾ ਤੁਰ ਕੇ ਦਿਖਾ ਦੇ ਮਾੜਾ ਆਏ ਇਹ ਹੈ ਜੀ ਜੀਵਨ ਭਗਤ ਵਾਲਾ ਸਾਡਾ ਸੁਪਰ ਓਵਰ ਉਧਰ ਇਹ ਲੋਕਾਂ ਨੇ ਕੀ ਸ਼ੇਪਰ ਵਾਲੇ ਦੀ ਫੇ ਨਾਤੀ ਲੁਧਿਆਣਾ ਇੱਕ ਵਾਰੀ ਫਿਰ ਤੋਂ ਇਧਰਲੇ ਪਾਸੇ ਬਾਈ ਬੋਗਲੀ ਪੜੈਣ ਵਾਲਾ ਹਰ ਇੱਕ ਟੂਰਨਾਮੈਂਟ ਤੇ ਮਾਨਕੀ ਵਾਲਾ ਰਿੰਕੂ ਸਾਡਾ ਭਰਾ ਬੁਗਲੀ ਸੈੱਟ ਆ ਹੈ ਪੂਰੇ ਫਿੱਟ ਆ ਬਾਬਾ ਫਿੱਟ ਆ ਉਹ ਸੈੱਟ ਕਹਿੰਦਾ ਨਹੀਂ ਸੈੱਟ ਕਹਿੰਦੀ ਨਹੀਂ ਫਿੱਟ ਆ ਅੱਛਾ ਫਿੱਟ ਕਿਹਾ ਵੀ ਜੀ ਹੋਰ ਕਹਿਵਾ ਹਾਂਜੀ ਹਾਂਜੀ ਕੀ ਬਣ ਰਿਹਾ ਕਿਵੇਂ ਲੱਗਿਆ ਮੇਲਾ ਅੱਜ ਦਾ ਪੂਰਾ ਵਧੀਆ ਵੀਰੇ ਵਧੀਆ ਕੌਣ ਜਿੱਤ ਸਕਦਾ ਦੋ ਸੈਮੀ ਫਾਈਨਲ ਰਹਿ ਗਿਆ ਦੇਖੋ ਵੀਰੇ ਜਿਹੜਾ ਵਧੀਆ ਖੇਡੋ ਜਿੱਤੂ ਵੀਰੇ ਦੇਖ ਲਾ ਕੀ ਕਹਿੰਦੇ ਤਿੰਨ ਮਹੀਨੇ ਹੋ ਜਾ ਲਿਆ ਕਾਸ਼ੀ ਨੂੰ ਕਹਿ ਦੇ ਯਾਰ ਜਾ ਉਹਦੀ ਮਨ ਦੀ ਇੱਛਾ ਬਾਈ ਕਿਹਨੂੰ ਸਪੋਰਟ ਕਰ ਰਹੇ ਹੋ ਕਹਿੰਦਾ ਰਵੀ ਨੂਰਪੁਰ ਬੇਟਰ ਨੂੰ ਅਰੇ ਪੱਕੇ ਆੜੀ ਨੇ ਉਹ ਬਾਲ ਕਟਾਉਣੇ ਪੈਣੇ ਬੁਗਲੀ ਪਰਨਾ ਬੰਨ ਵੀਰੇ ਫਿਰ ਦਾੜੀ ਕਾਹਦਾ ਕਟਾਉਂਦੇ ਹੋ ਲਓ ਜੀ ਹਾਸੀਆਂ ਖੇਡੀਆਂ ਇੱਧਰ ਚੱਲਦੀਆਂ ਆਈਆਂ ਫੁੱਲ ਸਵਾਦ ਵਧਿਆ ਆ ਅੱਜ ਦੇ ਖੇਡ ਆ ਕੋਕ ਨੇ ਇਹਦੀ ਲੱਕ ਦੀ ਪ੍ਰੋਬਲਮ ਆ ਥੋੜੀ ਯਾਰ ਦੇਖਿਓ ਲੱਕ ਠੀਕ ਆ ਲੱਕ ਠੀਕ ਆ ਬਸ ਮੂਗ ਲਾ ਲਈ ਬਾਈ ਹੁਣ ਪੂਰੇ ਓਕੇ ਆ ਦੇਖ ਨੂੰ ਮਿਲਦੇ ਆ ਕੇ ਕਈ ਪਲੇਅਰ ਕਈ ਬੰਦੇ ਖਤਮ ਕਰਤੇ ਆ ਕੋਕ ਨੇ ਮੋਟੇ ਹੋਣਾ ਕੋਈ ਨਹੀਂ ਸਹੀ ਗੱਲ ਆ ਬੈਟ ਦਾ ਘਰ ਆ ਆ ਨਾ ਦੋ ਲਾ ਦਿਓ ਲਾਓ ਜੀ ਆਸੀਆਂ ਖੇਡੀਆਂ ਭਰਾਵਾਂ ਦੀਆਂ ਪੂਰਾ ਮੇਲਾ ਬੰਨਿਆ ਹੋਇਆ ਜੀ ਚੱਕਦਾ ਜਗਦੀਪ ਦੇਖੋ ਜੀ ਮਾਹੌਲ ਪੂਰਾ ਨਜ਼ਾਰਾ ਇੱਧਰ ਵੀ ਦਿਖਾ ਦਿੰਦੇ ਆ ਤੁਹਾਨੂੰ ਬਾਈ ਜੀ ਹੋਣੀ ਆਓ ਜੀ ਕੀ ਬੋਲਦਾ ਇਹ ਲੰਬੜਦਾਰ ਧਲੇਰਾਂ ਦਾ ਕੀ ਕਹਿੰਦਾ ਜੀ ਪਲੇਅਰਾਂ ਦਾ ਕੁਛ
कमेंट कर दे भाई जे गल पूरी करनी सही गल कोई आओ आ गया लंबड़दार ढलेरां दा अगे अगे नहीं बोलदा सेमीफाइनल मैच है लाओगे जोर लाके कप्तान ने पूरा करने की कोशिश कैप्टन कौन है योद्धा वाला क्या की डेविड वार्नर तैयारी है सेमीफाइनल की लगता है ऐसा नहीं प्रेशर इतना नहीं प्रेशर की सेमी खेलने लगी कोई चक्कर नहीं इतने पास एक बोर्ड चले वाला नाग एक कहना जहाँ पे रहे ए नहीं जहाँ पे रसी हाँ खड़ा कहती ये कह दिया ना भी खौफ दी दुनिया का दूजा नाम ये है जी पता जी आ देख की लिखाई फिरदा बैठ के अत्तवादी आयो रब्बा अत्तवादी है ना एदे तो बचो एनी फेर खड़ा हो रहा मेरे मगर मगर की है नाले बड़ी धमाल मेरे मगर मगर की है मारू तेरे तर के मेरी गल सुन ला पानी घट बुला तू बैठा रहना हर दिन बंदा बन जा बंदा तेन दसती गल मैं दीप सिखा लाइव कर लिया हो साहब हां जी को साहब लड़ते रहने 24 घंटे की गल बोला पा रहा है अच्छा बोला ककरी यार रंगी भाई ट्राई बॉल रखी नहीं आज लाओ यानी स्टाडा फोड़ जा रही है पी फोड़ बॉल खेलने दे रहे हैं हां ओ किवें करता हूं तू शॉट मार दे मारी शॉट ला चल बैट बना चल इतो पूरे बना बैट चल बैट फड़ा निकल तू टाइम ही ना पानी फड़ा दे चल तेरिया बोतल बाजा मार दी तेन हां दे सोपी का की बनाया पया साले ने पूरे बना दे यार चल बाहर चल ओदे हुण सवाद आया तेन हुण करा के हुण सवाद आया बेइज्जती करा के जब तेन मैं कही ना बाहर हो जा लो जी रसूलपुर के खेड मेले की तीजी नंबर से आने वाली टीम जी गजन माजरे की बहुत सारिया मुबारक इनामा की वंड की जा रही है रसूलपुर की कमेटी वालों चौथे नंबर से आने वाली टीम है जी जोधा की टीम जोधा वाले मारी लो जी तीजे नंबर से जी गजन माजरा चौथे नंबर से ਜੋਧਾ ਦੀ ਟੀਮ ਆ ਬਹੁਤ ਸਾਰੀਆਂ ਮੁਬਾਰਕਾਂ ਲਓ ਜੀ ਕਾਕਾ ਕਿੱਥੇ ਹੈ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਆ ਜੀ ਜੋਧਾ ਦੀ ਨਾਰੇ ਭਾਈ ਮੁਬਾਰਕਾਂ ਵੀਰੇ ਬਹੁਤ ਸਾਰੀਆਂ ਟੀਮ ਵੀ ਆ ਜੇ ਜੋਧਾ ਦੀ ਟੀਮ ਆ ਜਿਹੜੀ ਚੌਥੇ ਨੰਬਰ ਤੇ ਆਈ ਆ ਲਓ 1100 ਰੁਪਏ ਮੁਬਾਰਕਾਂ ਬਹੁਤ ਬਹੁਤ ਰਸੂਲਪੁਰ ਦੇ ਕਾਕੇ ਦੇ ਲਈ ਰਸੂਲਪੁਰ ਕਾਕੇ ਦੇ ਲਈ ਫਰਿਆਦ ਸ਼ਕਰਪੁਰ ਵੱਲੋਂ ਮਾਨ ਸਨਮਾਨ ਭੇਜੇ ਗਏ ਆ लो जी इधर मान सम्मान भी किए जा रहे कमेटी वालों पवि मंडेर रूबल गजन माजरा इन्होंने भरावान का मान सम्मान भी किया जा रहा अज्ञा पर छाटा साहब का गुरसिख भाई का भी सम्मान किया जा रहा है अज के खेल मेले से लोग आनंद मान रहे हैं फाइनल मैच का दर्शक वीर सवाल अज के खेल मेले इधरले पासे भी देख सकते हो
ਫਾਈਨਲ ਮੈਚ ਆ ਜੀ ਬਹੁਤ ਲੋਕ ਆਏ ਹੋਏ ਆ ਪੂਰਾ ਸਵਾਦ ਵੱਜਿਆ ਹੋਇਆ ਰਸੂਲਪੁਰ ਦੇ ਖੇਡ ਮੇਲੇ ਦਾ ਦੁਨੀਆ ਆਨੰਦ ਮਾਣ ਰਹੀ ਆ ਬਿਲਕੁਲ ਕੋਈ ਵੀ ਉੱਠ ਕੇ ਨਹੀਂ ਜਾ ਰਿਹਾ ਮੈਚ ਬਾਹਲੇ ਤਕੜੇ ਆ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਡੇ ਦਰਮਿਆਨ ਕਰਨ ਅੰਬਾਲੇ ਵਾਲਾ ਕੈਸੇ ਹੋ ਬਾਈ ਠੀਕ ਹੈ ਕੈਸਾ ਲੱਗ ਰਿਹਾ ਕਿਤਨਾ ਪਿਆਰ ਮਿਲਿਆ ਲੋਕ ਇੱਕ ਮਿੰਟ ਬੋਲ ਆ ਰਹੀ ਹੈ ਸਿਕਸ ਲੱਗ ਗਿਆ ਏ ਆਓ ਲਓ ਉੱਧਰਲੇ ਪਾਸੇ ਕਿਤਨਾ ਪਿਆਰ ਮਿਲਾ ਯਹਾਂ ਲੋਕੋ ਕਾ ਬਹੁਤ ਬਹੁਤ ਪਿਆਰ ਮਿਲਾ ਬਹੁਤ ਪਿਆਰ ਮਿਲਾ ਇਤਨੇ ਸਿੱਕੇ ਲਗਾਤੇ ਹੋ ਕਿਆ ਰਾਜ ਹੈ ਕੁਛ ਰਾਜ ਜੀ ਕੋਈ ਰਾਜ ਨਹੀਂ ਹੈ ਕਿਤਨਾ ਸਾਲ ਹੋ ਗਿਆ ਕ੍ਰਿਕਟ ਖੇਲਤੇ ਹੋ क्रिकेट खेलते हुए बचपन से क्रिकेट तो सभी खेलते हैं पहले लैदर खेलते थे हाँ लैदर नहीं पहले मॉस्को खेलता था फिर लैदर अच्छा हरियाणा स्टेट का कैंप लगाया हाँ उसके बाद जॉब करी ठीक है थोड़ी पैसे की दिक्कत फिर क्रिकेट में वापस आके मॉस्को में ओके नहीं जो लैदर क्रिकेट है उसमें कुछ बन रहा है कि नहीं लैदर क्रिकेट में मैं आज ही खेल रहा हूँ जी बोल आ गई कारण ਉਹ ਜੀ ਪਹਿਲਾਂ ਕਾਸਕੋ ਖੇਡਦਾ ਸੀ ਫਿਰ ਹਰਿਆਣਾ ਦੀ ਸਟੇਟ ਦਾ ਕੈਂਪ ਲਾਇਆ ਉਸ ਤੋਂ ਬਾਅਦ ਫਿਰ ਕਾਸਕੋ ਕ੍ਰਿਕਟ ਹੁਣ ਲੈਦਰ ਨਹੀਂ ਖੇਡੋਗੇ ਲੈਦਰ ਨਹੀਂ ਖੇਡੇਗੇ ਭਾਜੀ ਖੇਡਦੇ ਆ ਅੱਗੇ ਉਹਦਾ ਹੈਗਾ ਡਿਸਟ੍ਰਿਕਟ ਖੇਡ ਰਹੇ ਹੋ ਪੂਰਾ ਜੀ ਜ਼ੋਰ ਲਾ ਰਹੇ ਆ ਦੇਖੋ ਠੀਕ ਹੈ ਇਹ ਆ ਜੀ ਅੰਬਾਲੇ ਵਾਲਾ ਕਰਨ ਪੂਰਾ ਟੌਪ ਦਾ ਖਿਡਾਰੀ ਪੂਰਾ ਸਿਰਾ ਕਰਵਾਇਆ ਬਾਈ ਨੇ ਅੱਜ ਲੋਕਾਂ ਦੇ ਦਿਲ ਜਿੱਤ ਲਏ ਅੱਜ ਦੇ ਖੇਡ ਮੇਲੇ ਦੀ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਆ ਜਿਹੜੀ ਮਤੋਈ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਆ ਜਿਹੜੀ ਬੈਸਟ ਬੱਲੇਬਾਜ਼ ਰਵੀ ਨੂਰਪੁਰ ਦੇ ਇਹ ਉਹ ਇਨਸਾਨ ਹੈ ਪਹਿਲੇ ਨੰਬਰ ਤੇ ਪਹਿਲਾਂ ਛੱਡਦੇ ਬਜਾ ਬਾਅਦ ਕਾਰ ਦੀ ਨਾਲੇ ਪੈਸੇ ਫੜਦੇ ਸੀ ਕਿ ਸਾਨੂੰ ਗੱਜਣ ਮਾਜਰਾ ਚੌਥੇ ਦੇ ਜੋਧਾ ਦੀ ਟੀਮ ਆ ਇਸੇ ਤਰ੍ਹਾਂ ਰਾਜਾ ਹੀਰਾ ਦੇ ਚੈਨਲ ਦੇ ਜ਼ਰੀਏ ਜੁੜੇ ਰਹੋ ਅਸੀਂ ਵਧੀਆ ਵਧੀਆ ਵਲੌਗ ਤੁਹਾਨੂੰ ਦਿਖਾਉਂਦੇ ਰਵਾਂਗੇ ਜੇ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਅਗਲੀਆਂ ਗੱਲਾਂ ਬਾਤਾਂ ਵੀ ਅਗਲੀਆਂ ਇੰਟਰਵਿਊਜ਼ ਵੀ ਅਸੀਂ ਲੈ ਕੇ ਆਵਾਂਗੇ ਮਤੋਈ ਦੀ ਟੀਮ ਨੂੰ ਬੁਲਾ ਲੈਣੇ ਆ ਪਹਿਲਾਂ ਟਾਟਾ ਬਾਏ ਬਾਏ ਮਤੋਈ ਦੀ ਟੀਮ ਨੂੰ ਬੁਲਾ ਲਈਏ ਬਾਏ ਬਾਏ ਕਾਕੇ ਦੱਸੋ।